ਭਾਰਤੀ ਰਾਜਨੀਤੀ ਚ ਕਾਂਛੀ ਰਾਮ ਇੱਕ ਅਜਿਹਾ ਨਾਮ ਹੈ ਜਿਸ ਨੇ ਬਹੁਜਨ ਸਮਾਜ ਦੇ ਰਾਜਨੀਤਿਕ ਤੇ ਆਰਥਿਕ ਉਥਾਨ ਲਈ ਆਪਣਾ ਸਾਰਾ ਜੀਵਨ ਸਮਰਪਿਤ ਕਰ ਦਿੱਤਾ। ਕਾਂਛੀ ਰਾਮ ਜੀ ਦਾ ਜਨਮ 15 ਮਾਰਚ 1934 ਨੂੰ ਪੰਜਾਬ ਦੇ ਜ਼ਿਲ੍ਹਾ ਰੋਪੜ ਵਿਖੇ ਹੋਇਆ ਸੀ। ਕਾਂਛੀ ਰਾਮ ਜੀ ਆਪਣੇ ਭੈਣ ਭਰਾਵਾਂ ਚੋਂ ਸਭ ਤੋਂ ਜ਼ਿਆਦਾ ਪੜ੍ਹੇ ਲਿਖੇ ਸਨ। ਡਾਕਟਰ ਭੀਮ ਰਾਓ ਅੰਬੇਦਕਰ ਜੀ ਦੇ ਪ੍ਰੇਮ ਨਿਵਾਰਨ ਤੋਂ ਬਾਅਦ ਪਛੜੀਆਂ ਜਾਤਾਂ ਦੇ ਹੱਕ ਲਈ ਲੜਾਈ ਲੜਨ ਵਾਲੇ ਨੇਤਾਵਾਂ ਦਾ ਅਕਾਲ ਜਾ ਪੈ ਗਿਆ ਸੀ। ਇਸ 60 ਤੇ 70 ਦੇ ਦੌਰ ਚ ਸ਼੍ਰੀ ਕਾਂਛੀ ਰਾਮ ਜੀ ਬਹੁਜਨ ਸਮਾਜ ਲਈ ਇੱਕ ਮਸੀਹਾ ਬਣ ਕੇ ਆਏ ਸਨ। 1984 ਚ ਕਾਂਛੀ ਰਾਮ ਨੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਬਹੁਜਨ ਸਮਾਜ ਪਾਰਟੀ ਦਾ ਆਗਾਜ਼ ਕੀਤਾ। ਉਹਨਾਂ ਨੇ ਹਮੇਸ਼ਾ ਬਹੁਜਨ ਸਮਾਜ ਅਤੇ ਪਛੜੀਆਂ ਜਾਤਾਂ ਦੇ ਲੋਕਾਂ ਦੀਆਂ ਮੁਸ਼ਕਲਾਂ ਤੇ ਹੱਕਾਂ ਲਈ ਆਵਾਜ਼ ਉਠਾਈ। ਅੰਤ 9 ਅਕਤੂਬਰ 2006 ਨੂੰ ਦਿੱਲੀ ਵਿਖੇ ਦਿਲ ਦਾ ਦੌਰਾ ਪੈਣ ਨਾਲ ਉਹ ਇਸ ਸੰਸਾਰ ਨੂੰ ਛੱਡ ਪ੍ਰਭੂ ਦੇ ਚਰਨਾਂ ਚ ਜਾ ਵਿਰਾਜੇ। ਅੱਜ 15 ਮਾਰਚ ਵਾਲੇ ਦਿਨ ਬਹੁਜਨ ਸਮਾਜ ਅਤੇ ਬਹੁਜਨ ਸਮਾਜ ਪਾਰਟੀ ਦੇ ਲੋਕ ਉਹਨਾਂ ਦਾ ਜਨਮ ਦਿਨ ਮਨਾ ਰਹੇ ਨੇ। ਬਿਊਰੋ ਰਿਪੋਰਟ, ਕਾਂਛੀ ਟੀਵੀ।